ਬਲਜਿੰਦਰ ਸਿੰਘ ਜੀ ਕੁਝ ਨਵਾਂ ਸ਼ੁਰੂ ਕੀਤਾ ਪਤਾ ਲੱਗਾ ਮੈਨੂੰ ਖਬਰ ਆਈ ਹੈ ਤੇ ਕੀ ਹੈ ਉਹ ਇਹਦੀ ਬੇਲਪੁਰੀ ਹੈ ਜੀ ਬੇਲਪੁਰੀ ਕੀ ਬਾਤ ਹੈ ਮੈਨੂੰ ਬਹੁਤ ਪਸੰਦ ਹੈ ਹਲਕਾ ਫੁਲਕਾ ਜਿਹਾ ਸਨੈਕ ਤੇ ਕੀ ਹੈ ਖਾਸ ਕੀ ਹੋਏਗਾ ਤੇ ਕੀ ਇਹਦੇ ਵਿੱਚ ਕੀ ਖਾਸ ਕਰਕੇ ਦੇ ਰਹੇ ਹੋ ਕੀ ਕਨਸੈਪਟ ਕੀ ਹੈ ਕਨਸੈਪਟ ਦੇਖੋ ਜੀ ਥੋੜ੍ਹਾ ਟੇਸਟ ਲੱਗੂਗਾ ਦੂਸਰੇ ਨਾਲੋਂ ਅੱਛਾ ਜੀ ਜਿਹਦਾ ਆਪਾਂ ਸਾਰਾ ਕੁਝ ਚਨੇ ਆਪਣੇ ਸੌਰੀ ਟਮੈਟੋ ਆ ਆਨੀਅਨ ਆ ਤੇ ਇਹਦੇ ਵਿੱਚ ਆਪਾਂ ਲੈਵਲ ਕੱਟ ਕੇ ਵੀ ਪਾਵਾਂਗੇ ਅੱਛਾ ਜੀ ਤੇ ਕੀ ਪ੍ਰਾਈਸ ਰੱਖਿਆ ਕਿੰਨੀ ਕੁਆਂਟੀ ਆਏਗੀ ਕਿਹਦੇ ਨਾਲ ਖਾਣ ਚਾਹ ਨਾਲ ਕਿ ਕਿੱਦਾਂ ਕੋਈ ਡਰਿੰਕ ਨਾਲ ਦਿੰਦੇ ਕੀ ਸੀਨ ਹੈ ਇਹ ਤਾਂ ਹੁਣ ਜੀ ਟੇਸਟ ਅਨੁਸਾਰ ਆ ਕੋਈ ਜੀ ਆਪਣੇ ਲੱਸੀ ਵੀ ਲੈਂਦੇ ਆ ਅੱਛਾ ਜੀ बड़ा हल्का फुल्का वधिया स्नैक लगता है भेलपुरी कोई वधिया चीज पीण नूं मिल जाए वधिया लगता ਟਿੱਕੀ ਬਣ ਰਿਹਾ ਸਰ ਜੀ ਟਿੱਕੀ ਦੀ ਪਲੇਟ ਹਾਂਜੀ ਅੱਛਾ ਇਹ ਉਹ ਡਿਫਰੈਂਟ ਟਿੱਕੀ ਸੀਗੀ ਜਿਹੜੀ ਤੁਸੀਂ ਕਹਿੰਦੇ ਸੀਗੇ ਹਾਂਜੀ ਬਰਗਰ ਵਾਸਤੇ ਥੋੜੀ ਪਤਲੀ ਹੁੰਦੀ ਹੈ ਤੇ ਥੋੜੀ ਟਿੱਕੀ ਦੀ ਪਲੇਟ ਵਾਸਤੇ ਹਾਂਜੀ ਇਹ ਕਰੰਚੀ ਟਿੱਕੀ ਹੋਊਗੀ ਕਰੰਚੀ ਮਤਲਬ ਇਹ ਥੋੜਾ ਜਿਹਾ ਹਾਂਜੀ ਇਹਦੇ ਅੰਦਰੋਂ ਵੀ ਕਰੰਚੀ ਥੋੜਾ ਜਿਹਾ ਨਾ ਇਹ ਤੇ ਥੋੜਾ ਡਿਫਰੈਂਟ ਪਾਈ ਹੈ ਉਹਨਾਂ ਅੱਛਾ ਜੀ ਨਾਲ ਟਿੱਕੀ ਦੀ ਪਲੇਟ ਪਾ ਕੇ ਕਰੋ ਇਹ ਕਿਹੜਾ ਮਸਾਲਾ ਪਾ ਰਹੇ ਆਪਾਂ ਇਹ ਹਾਂਜੀ ਇਹ ਸਾਡੀ ਇਹ ਅਸੀਂ ਮਸਾਲਾ ਹਾਂਜੀ ਅਸੀਂ ਇਹਨੂੰ ਕਹਿੰਦੇ ਆਪਣਾ ਚਾਟ ਹੀ ਆ ਪਰ ਹੈਗਾ ਥੋੜਾ ਘਰ ਦਾ ਮਸਾਲਾ ਪਾ ਹਾਂਜੀ ਹਾਂਜੀ ਨਾਲ ਉਹਦੇ ਟਿੱਕੀ ਦੀ ਪਲੇਟ ਬਣੀ ਜਾ ਰਹੀ ਹੈ ਬਲਾਦੜ ਆਰਡਰ ਆਈ ਜਾ ਰਹੇ ਨੇ ਭਾਜੀ ਕਿੰਨੀ ਕੁ ਵੇਟਿੰਗ ਲੋਕ ਸੋਚ ਕੇ ਆਣ ਦਿਆ ਕਾਲ ਕਰਕੇ ਆਣ ਕੀ ਚਾਹੁੰਦੇ ਹੋ ਥੋੜਾ ਜਿਹਾ ਵੇਟ ਕਾਲ ਵੀ ਕਰ ਸਕਦੇ ਜੇ ਨਾਰਮਲ ਟਾਈਮ ਸਾਡਾ 15 ਮਿੰਟ ਕਿਉਂਕਿ ਹਰ ਇੱਕ ਚੀਜ਼ ਅਸੀਂ ਆਪ ਬਣਾਉਨੇ ਆ ਕਿਉਂਕਿ ਉਸੇ ਟਾਈਮ ਤੇ ਬਣੀ ਬਣਾਈ ਨਹੀਂ ਕੋਈ ਕਿਉਂ ਫਰੋਜ਼ਨ ਚੀਜ਼ ਨੂੰ ਚੱਕ ਕੇ 5 ਮਿੰਟ ਦੇ ਦੇ ਤਾਂ ਉਹ ਨਹੀਂ ਹੈ ਕਿਉਂਕਿ ਚੀਜ਼ ਕਿਸੇ ਨੂੰ ਵੀ ਆਪਾਂ ਜੋ ਇੰਨੇ ਸਟਾਈਲ ਆ ਕੋਈ ਮੈਂ ਦੇਖਿਆ ਤੁਸੀਂ ਨਿਊਡਲ ਵੀ ਬਾਰ-ਬਾਰ ਬਣਾਉਂਦੇ ਹੋ ਬਣਾ ਕੇ ਰੱਖਦੇ ਨਹੀਂ ਸਪਰਿੰਗ ਰੋਲ ਬਣ ਰਹੇ ਨਾਲ ਹਾਂਜੀ ਹਾਂਜੀ ਇਹ ਕਸਟਮਰ ਦਾ ਆਰਡਰ ਹੈ ਭਾਜੀ ਹਾਂਜੀ ਹਾਂਜੀ ਕਿੰਨੇ ਦੇ ਕੀ ਸੀਨ ਹੈ ਇਹਦਾ ਇਹ $6 ਦੀ ਸੀ ਆਈ ਥਿੰਕ 3 ਪੀਸ ਹਾਂ $6.5 $6.5 ਨਹੀਂ $6 ਦੇ $5.99 ਦੇ ਆ $6 ਹਾਂਜੀ ਇਹ ਜੇ ਤਾਂ ਹੁਣ 3 ਦੇ 6 ਪੀਸ ਹੋ ਦਿਖਾਣਾ ਜਰਾ ਕੱਟ ਕੇ ਚੱਕ ਕੇ ਫੜਾ ਕੇ ਦਿਖਾਣਾ ਜਰਾ ਚਾਹ ਬੜੇ ਪਸੰਦ ਆਏ ਸੀ ਲਾਸਟ ਟਾਈਮ ਜਦੋਂ ਖਾਧੇ ਸੀਗੇ ਤੇ ਫੇਲ ਪੂਰੀ ਵੀ ਨਾਲ ਦੇ ਨਾਲ ਤਿਆਰ ਹੋ ਗਈ ਹਾਂਜੀ ਤੇ ਧਨੀਆ ਪਾਤਾ ਸਾਡੇ ਸੱਤ ਚਟਨੀਆਂ ਪਾਈਆਂ ਨੇ ਸਾਰੇ ਪਿਆਜ ਟਮਾਟਰ ਖੀਰਾ
ਤੇ ਚਟਨੀ ਘਰ ਦੀ ਬਣੇ ਹੋਏ ਮਸਾਲੇ ਘਰ ਦੀ ਬਣੀ ਹੋਈ ਸੌਸ ਕਿਆ ਬਹੁਤ ਸੋਹਣੀ ਚੀਜ਼ ਬਣਾਈ ਭਾਈ ਬਹੁਤ ਰੂਹ ਨਾਲ ਬਣਾਈ ਹੈ ਬਣਾ ਤਾਂ ਘਰ ਵੀ ਸਕਦੇ ਹਾਂ ਪਰ ਉਹ ਮਜ਼ਾ ਨਹੀਂ ਆਉਂਦਾ ਏਦਾਂ ਤਾਂ ਲੋਕ ਬਰਗਰ ਵੀ ਘਰੇ ਬਣਾ ਲੈਂਦੇ ਨੇ ਪਰ ਜੋ ਬਾਹਰੋਂ ਪਤਾ ਕੀ ਹੁੰਦਾ ਘਰ ਵੀ ਚੀਜ਼ ਬਣਾਈ ਦੀ ਹੈ ਤੇ ਸਾਂਭਾ ਸੰਭਾਲੀ ਚ ਟਾਈਮ ਲੱਗ ਜਾਂਦਾ ਪਰ ਇਹਨਾਂ ਮਜ਼ਾ ਜਾ ਨਹੀਂ ਆਉਂਦਾ ਵੀਕਐਂਡ ਜਿਹਾ ਖਰਾਬ ਹੋ ਜਾਂਦਾ ਜੇ ਆਪ ਹੀ ਬਣਾ ਕੇ ਖਾਓ ਭਾਂਡੇ ਫਿਰ ਧੋ ਫਿਰ ਬਣਾਓ ਬੜਾ ਹੋ ਜਾਂਦਾ ਬੰਦਾ ਕਹਿੰਦਾ ਯਾਰ ਦਫ਼ਾ ਕਰੋ ਬਾਹਰੋਂ ਖਾਣਾ ਲਿਆਓ ਤੇ ਨਾਲ ਟੀਵੀ ਇੰਜੋਏ ਕਰੋ ਸਾਡੇ ਕੋਲ ਤਕਰੀਬਨ ਕਿਉਂਕਿ ਸਾਰਾ ਕੁਝ ਅਵੇਲੇਬਲ ਹੁੰਦਾ ਹਾਂ ਸਭ ਕੁਝ ਇਕੱਠੇ ਹੀ ਹੋਇਆ ਉਹ ਚੀਜ਼ਾਂ ਇਕੱਠੀਆਂ ਕਰਕੇ ਪਾ ਹਾਂਜੀ ਹਾਂਜੀ ਆਹ ਸਪ੍ਰਿੰਗ ਰੋਲ ਦੀ ਪਲੇਟ ਲੱਗ ਰਹੀ ਹੈ $6 ਦੇ ਵਿੱਚ 3 ਪੀਸ ਨਾਲ ਚਟਨੀ ਤੇ ਨਾਲ ਭਾਜੀ ਨੇ ਭੇਲਪੁਰੀ ਰੈਡੀ ਕਰਤੀ ਹੈ $8.50 ਦੀ ਭੇਲਪੁਰੀ ਹੈ ਤੇ ਬਣੀ ਬਣਾਈ ਚੀਜ਼ ਲੈ ਜਾਓ ਪਰ ਇਹ ਹੈ ਕਿ ਇਹ ਤਾਂ ਖਾ ਡਾਇਟ ਵੀ ਖਾਣੀ ਪੈਂਦੀ ਸੌਖੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਭਾਜੀ ਰਾਈਟ ਵੀ ਆਪਾਂ ਚੱਕ ਕੇ ਖਾ ਲਓ ਇਹਦੇ ਵਿੱਚ ਸੌਸ ਪੈ ਗਈ ਆ ਉਹ ਫੁੱਲੀਆਂ ਸੌਸ ਤੇ ਆਪਣੇ ਲੈਮਨ ਪੈ ਗਿਆ ਤੇ ਉਹ ਥੋੜਾ ਸਿਲਕੀ ਹੋ ਜਾਂਦੀ ਤਾਜ਼ੀ ਤਾਜ਼ੀ ਹੋ ਜਾਂਦੀ ਸੋ ਇਹ ਹੈ ਜੀ ਭੇਲਪੁਰੀ ਕੀ ਬਾਤ ਹੈ ਤੁਹਾਡਾ ਹੀ ਰੈਡੀ ਹੋ ਜਾਏ